ਹੁਸ਼ਿਆਰਪੁਰ ਜਾ ਜਾਂਦੇ ਕਿਉਂਕਿ ਮੇਰਾ ਆਪਣਾ ਪਿੰਡ ਆ ਔਰ ਇਸ ਪਿੰਡ 'ਚੋਂ ਹਮੇਸ਼ਾ ਹੀ ਵੱਡੇ ਰੰਧਾਵਾ ਸਭ ਤੋਂ ਦਿਲ ਰਿਹਾ ਕਿ ਅੱਜ ਤੱਕ ਜੋ ਇਸ ਪਿੰਡ ਨੇ ਸਾਨੂੰ ਪਿਆਰ ਔਰ ਸਤਿਕਾਰ ਦਿੱਤਾ। ਮੇਰਾ ਖਿਆਲ ਕਿ ਜਦੋਂ ਮੈਂ 2007 ਦੇ ਵਿੱਚ ਇਲੈਕਸ਼ਨ ਵੀ ਆ ਰਿਹਾ ਤਾਂ ਉਸ ਵੇਲੇ ਇਸ ਪਿੰਡ ਤੋਂ ਬਹੁਤ ਵੱਡੀ ਲੀਡ ਦੇ ਨਾਲ ਮੈਂ ਜਿੱਤ ਕੇ ਨਿਕਲਿਆ ਸੀ। ਅੱਜ ਡੋਰ ਟੂ ਡੋਰ ਕਿਉਂਕਿ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਅਸੀਂ ਰੈਲੀਆਂ ਨਹੀਂ ਕਰ ਸਕਦੇ, ਮੀਟਿੰਗਸ ਨਹੀਂ ਕਰ ਸਕਦੇ, ਉਹਦੇ 'ਚ ਕੋਸ਼ਿਸ਼ ਕੀਤੀ ਕਿ ਡੋਰ ਟੂ ਡੋਰ ਜਾ ਕੇ ਆਪਣੇ ਭਰਾਵਾਂ ਨੂੰ ਉਹਨਾਂ ਨੂੰ ਮਿਲਿਆ ਜਾਏ ਔਰ ਤੁਸੀਂ ਸਾਰੇ ਨਾਲ ਹੀ ਸੀਗੇ, ਉਹਨਾਂ ਦਾ ਪਿਆਰ ਸਤਿਕਾਰ ਅਤੇ ਉਹਨਾਂ ਦਾ ਹਲਾਰਾ ਤੁਸੀਂ ਸਾਰੇ ਜਾਣਦੇ ਹੋ। ਦੇਖੋ ਵੀ ਇੱਥੇ 4-5 ਅਜੇ ਸੰਯੁਕਤ ਮੋਰਚਾ ਵੀ ਆਏਗਾ, ਉਹਦੇ BJP ਵੀ ਆਏਗੀ, ਇਹਦੇ ਬਹੁਤ ਕੁਛ ਹੋਣਾ ਅਤੇ ਔਰ ਇਹ ਜਿਹੜੇ ਇੱਥੇ ਮੇਰੇ ਆਮ ਆਦਮੀ ਪਾਰਟੀ ਦਾ, ਇਹ ਤਾਂ ਵੈਸੇ ਹੀ ਮੇਰੇ ਨਾਲ ਬਹੁਤ ਦੇਰ ਪਹਿਲਾਂ ਹੀ ਪਰਿਵਾਰ ਛੱਡ ਕੇ ਚਲਾ ਗਿਆ ਸੀ, ਇਹਨੂੰ ਆਪਾਂ ਕਾਂਗਰਸੀ ਤਾਂ ਨਹੀਂ ਕਹਿ ਸਕਦੇ ਕਿਉਂਕਿ 5 ਸਾਲ ਤੋਂ ਆਪਣਾ ਕਦੀ ਲੈਣ ਦੇਣ ਮੇਲ ਜੋਲ ਵੀ ਨਹੀਂ ਸੀ ਇਹਦੇ ਨਾਲ ਕੋਈ ਵੀ, ਅਤੇ ਸਰਪੰਚ ਸਾਹਿਬ ਜੀ ਦੇ ਘਰ ਬੈਠਾ ਆਮੋ ਸਾਹਮਣੇ ਇਹਨਾਂ ਦਾ ਦਰਵਾਜ਼ਾ ਵੀ ਗਿਆ। ਸੋ ਮੁਕਾਬਲਾ ਇਹ ਕਾਂਗਰਸ ਜਿਹੜੀ ਆ ਇਹਦਾ ਸਾਰਿਆਂ ਦੇ ਨਾਲ ਹੀ ਮੁਕਾਬਲਾ, ਸਾਰੇ ਆਪਣੀਆਂ ਵੰਡ ਕੇ ਵੋਟਾਂ ਖੜਨਗੇ ਅਤੇ ਜਿਵੇਂ ਤੁਸੀਂ ਬੈਠੇ ਹੋ ਆ ਪਿੰਡ ਦੀਆਂ ਜਿੰਨੀਆਂ ਵੋਟਾਂ ਨੇ ਇੱਥੋਂ ਚੋਣ ਨੇ ਵੰਡਣੀਆਂ ਅਤੇ ਜੇ ਇੱਥੋਂ ਕਾਂਗਰਸ ਨਿਕਲੀਆਂ ਆਪਣੇ ਹਿੱਸੇ ਦੀਆਂ ਵੋਟਾਂ ਲੈ ਕੇ ਜਾਣੀਆਂ, ਇਸ ਕਰਕੇ ਮੁਕਾਬਲਾ ਕਿਸੇ ਨਾਲ ਹੀ, ਕਾਂਗਰਸ ਦਾ ਮੁਕਾਬਲਾ ਕਾਂਗਰਸ ਪੂਰੀ ਸ਼ਾਨ ਨਾਲ ਜਿੱਤੇਗੀ। ਦੇਖੋ ਘਰ ਘਰ ਨੌਕਰੀ ਜਿਹੜੀ ਸੀ ਆਪਾਂ ਉਹਦੇ 'ਚ ਇਹ ਕੀਤਾ ਸੀ ਕਿ ਨੌਕਰੀਆਂ 35 ਲੱਖ ਬੇਰੁਜ਼ਗਾਰ ਆ, ਉਹਦੇ ਵਿੱਚ ਇਹ ਕਿਹਾ ਸੀ ਕਿ ਜਿਹੜੀਆਂ ਪ੍ਰਾਈਵੇਟ ਤੁਸੀਂ ਤੁਹਾਡੇ ਹੀ ਵੇਖ ਲਓਗੇ, ਆਪਣੇ ਪਿੰਡ 'ਚ ਵੇਲੇ ਮੈਂ ਕਈਆਂ ਨੂੰ ਭੇਜਿਆ ਪਰ ਉਹਦੇ ਬਾਵਜੂਦ ਜਿੰਨੀ ਦੇਰ, ਇੱਕ ਚੀਜ਼ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਅਤੇ ਹੁਣ ਵੀ ਕਹਿੰਦਾ, ਜਿੰਨਾ ਚਿਰ ਪੰਜਾਬ ਦੇ ਵਿੱਚ ਇੰਡਸਟਰੀ ਨਹੀਂ ਆਏਗੀ ਬੇਰੁਜ਼ਗਾਰੀ ਖਤਮ ਨਹੀਂ ਹੋਗੀ। ਸਰਕਾਰ ਕਿਸੇ ਵੀ ਸਰਕਾਰ 'ਚ ਆ ਜੋ 1-1.25 ਲੱਖ ਤੋਂ ਵੱਧ ਨੌਕਰੀ ਜਿਹੜੀ ਨਹੀਂ ਨਿਕਲਦੀ ਅਤੇ ਬੇਰੁਜ਼ਗਾਰੀ ਖਤਮ ਕਰਨ ਲਈ ਇੱਕ ਜ਼ਰੂਰ ਅਸੀਂ ਕੀਤਾ ਕਿ ਜਿਹੜੀ ਲੁੱਟ ਖਸੁੱਟ ਹੁੰਦੀ ਸੀ ਟਰੈਵਲ ਏਜੰਟਾਂ ਕੋਲੋਂ, ਉਹ ਇਹ ਕਾਨੂੰਨ ਪਾਸ ਕਰਕੇ ਕਿ ਸਰਕਾਰੀ ਜਿਹੜੀ ਹੈ ਉਹਦੇ 'ਤੇ ਉਹਨਾਂ ਦੀ ਫੀਸ, ਉਹਨਾਂ ਦਾ ਜੋ ਕੁਛ ਹੋਏਗਾ ਅਤੇ ਜੇ ਕੋਈ ਉਹਨਾਂ ਦੇ ਪੈਸੇ ਮਾਰੇਗਾ ਤਾਂ ਉਹਦੇ 'ਤੇ ਕ੍ਰਿਮੀਨਲ ਕੇਸ ਵੀ ਰਜਿਸਟਰ ਹੋਏਗਾ। ਇਹ ਅਸੀਂ ਬਹੁਤ ਵੱਡਾ ਇੱਕ ਸਟੈਪ ਚੁੱਕਿਆ, ਜਿਹੜੇ ਲੋਕ ਬਾਹਰ ਜਾਂਦੇ ਸੀ ਔਰ ਉਹਨਾਂ ਦੇ ਪੈਸੇ ਮਰ ਜਾਂਦੇ ਸੀ, ਕਿੰਨੇ ਲੋਕ ਆਉਂਦੇ, ਮੇਰਾ 5 ਲੱਖ, ਮੇਰਾ 20 ਲੱਖ, ਉਹ ਚੀਜ਼ ਵੀ ਅਸੀਂ ਬਿਲਕੁਲ ਖਤਮ ਕਰ ਦਿੱਤੀ ਕਿ ਜਿਸ ਕਿਸੇ ਬੱਚੇ ਨੇ ਪੜ੍ਹਨ ਜਾਣਾ ਉਹਨੂੰ ਜਿਹੜਾ ਬਿਨਾਂ ਵਿਆਜ ਤੋਂ ਕਰਜ਼ਾ ਵੀ ਦਿੱਤਾ ਜਾਏਗਾ, ਕਿ ਜਿਹਨੇ ਪੜ੍ਹਾਈ ਕਰਨੀ ਹੈ ਬਿਨਾਂ ਵਿਆਜ ਤੋਂ ਉਹਨੂੰ ਉਹਦੀ ਕਰਜ਼ਾ ਦਿੱਤਾ ਜਾਏਗਾ। ਇਹ ਜਿਹੜੀਆਂ ਬੜੀਆਂ ਵੱਡੀਆਂ ਚੀਜ਼ਾਂ ਕੀਤੀਆਂ, ਜਿੱਦਾਂ ਕਿਹਾ ਸੀ ਕਿ 2 ਲੱਖ ਤੱਕ ਕਰਜ਼ਾ ਮਾਫ਼ ਕਰਾਂਗੇ ਅਤੇ ਜਿਹੜੇ ਰੌਲੀ ਪਾਉਂਦੇ ਉਹਨਾਂ ਨੂੰ ਕਹੋ ਕਿ ਤੁਸੀਂ 50-50 ਹਜ਼ਾਰ ਨਹੀਂ ਕਰ ਸਕੇ, 10-10 ਸਾਲ ਰਹਿ ਕੇ ਗਏ ਹੋ ਅਤੇ ਜਿਹੜੇ ਹੁਣ ਪੁੱਛਦੇ ਹੋ।